ਬੜੇ ਸਾਰੇ ਅੱਜ ਵੀ ਫਾਰਮਰਸ ਇਹੋ ਜਿਹੇ ਹੈਗੇ ਆ ਜਿਨ੍ਹਾਂ ਨੂੰ ਟੈਕਨੀਕਲ ਗੱਲਾਂ ਦੀ, ਇਸ ਚੀਜ਼ ਦੇ ਪਿੱਛੇ ਦੀ ਸਾਇੰਸ ਦਾ ਪਤਾ ਨਹੀਂ ਹੈਗਾ ਕਿ ਬਾਈਪਾਸ ਫਾਇਰ ਬਿਹਤਰ ਕਿਉਂ ਆ। ਵਿਕਾਸ ਜੀ ਗੁੱਡ ਮਾਰਨਿੰਗ। ਅੱਜ ਜਿਹੜੀ ਮੈਂ ਤੁਹਾਨੂੰ ਗੱਲ ਦੱਸਾਂਗੀ, ਇਹ ਗੱਲ ਤੁਸੀਂ ਧਿਆਨ ਦੇ ਨਾਲ ਸੁਣ ਲਿਓ, ਸੁਣਨ ਤੋਂ ਬਾਅਦ ਤੁਸੀਂ ਆਪ ਡਿਸਾਈਡ ਕਰਨਾ ਹੈ ਕਿ ਦੋਵਾਂ ਦੇ ਵਿੱਚੋਂ ਬਿਹਤਰ ਕੌਣ ਹੈ। ਅੱਜ ਜਿਹੜੀ ਆਪਾਂ ਗੱਲ ਕਰਾਂਗੇ ਉਹ ਗੱਲ ਕਰਾਂਗੇ ਕਿ ਜਾਨਵਰਾਂ ਨੂੰ ਸਰ੍ਹੋਂ ਦਾ ਤੇਲ, ਅਲਸੀ ਦਾ ਤੇਲ, ਘਿਓ, ਇਹ ਤਿੰਨੇ ਚੀਜ਼ਾਂ ਦੇਣ ਤੋਂ ਇਲਾਵਾ ਜੇ ਅਸੀਂ ਘਿਓ ਦਿੰਦੇ ਹਾਂ ਤਾਂ ਫਿਰ ਸਾਡੇ ਜਾਨਵਰਾਂ ਨੂੰ ਕੀ ਫਾਇਦੇ ਹੁੰਦੇ ਆ, ਕੀ ਨੁਕਸਾਨ ਹੁੰਦੇ ਆ? ਜਾਂ ਫਿਰ ਜਿਹੜੇ ਕਮਰਸ਼ੀਅਲ ਫਾਰਮ ਹੈ ਉਹ ਇਹਨਾਂ ਚੀਜ਼ਾਂ ਨੂੰ ਘਿਓ ਵਗੈਰਾ ਨੂੰ ਛੱਡ ਕੇ ਬਾਈਪਾਸ ਫੈਟ ਦੇ ਉੱਤੇ ਕਿਉਂ ਕੰਮ ਕਰਦੇ ਨੇ, ਉਹਦਾ ਫਾਇਦਾ ਕੀ ਹੈ? ਠੀਕ ਹੈ ਜੀ, ਤੁਹਾਨੂੰ ਡਿਟੇਲ ਦੇ ਵਿੱਚ ਮੈਂ ਦੱਸਾਂਗੀ। ਤੁਸੀਂ ਸਿਰਫ ਇੱਕ ਕੰਮ ਕਰਨਾ, ਵੀਡੀਓ ਨੂੰ ਸੁਣਨਾ ਜ਼ਰੂਰ ਹੈ ਪੂਰੀ, ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ, ਕਿਉਂਕਿ ਬੜੇ ਸਾਰੇ ਅੱਜ ਵੀ ਫਾਰਮਰਸ ਇਹੋ ਜਿਹੇ ਹੈਗੇ ਆ ਜਿਨ੍ਹਾਂ ਨੂੰ ਟੈਕਨੀਕਲ ਗੱਲਾਂ ਦੀ, ਇਸ ਚੀਜ਼ ਦੇ ਪਿੱਛੇ ਦੀ ਸਾਇੰਸ ਦਾ ਪਤਾ ਨਹੀਂ ਹੈਗਾ ਕਿ ਬਾਈਪਾਸ ਫੈਟ ਬਿਹਤਰ ਕਿਉਂ ਆ। ਬਾਈਪਾਸ ਫੈਟ ਤੁਸੀਂ ਕਿਸੇ ਵੀ ਕੰਪਨੀ ਦੀ ਲੈ ਸਕਦੇ ਹੋ, ਉਹਦਾ ਕੋਈ ਇਸ਼ੂ ਨਹੀਂ ਹੈਗਾ। ਜਦੋਂ ਅਸੀਂ ਤੇਲ ਦਿੰਦੇ ਹਾਂ ਜਾਂ ਫਿਰ ਘਿਓ ਦਿੰਦੇ ਹਾਂ, ਜਦੋਂ ਇਹ ਜ਼ਿਆਦਾ ਮਾਤਰਾ ਦੇ ਵਿੱਚ ਸਾਡੇ ਜਾਨਵਰ ਦੇ ਵੱਡੇ ਮੈਦੇ ਯਾਨੀ ਕਿ ਰਿਊਮਨ ਦੇ ਵਿੱਚ ਜਾਂਦਾ, ਉਹਦੇ ਉੱਤੇ ਇੱਕ ਲੇਅਰ ਬਣਾ ਦਿੰਦਾ, ਅਤੇ ਜਾਨਵਰਾਂ ਨੂੰ ਬੇਸ਼ੱਕ ਸਟਾਰਟਿੰਗ ਦੇ ਵਿੱਚ ਇਹ ਪਚਦਾ, ਅਤੇ ਪਚਣ ਤੋਂ ਬਾਅਦ ਜਾਨਵਰਾਂ ਦੇ ਸਾਨੂੰ ਆਪਣੇ ਜਾਨਵਰ ਜਿਹੜੇ ਹੈਗੇ ਆ ਉਹ ਸਿਹਤਮੰਦ ਲੱਗਣਾ ਸ਼ੁਰੂ ਹੋ ਜਾਂਦੇ ਨੇ। ਪਰ ਜਦੋਂ ਅਸੀਂ ਇਹਨੂੰ ਲੰਬੇ ਸਮੇਂ ਤੱਕ ਇਸਤੇਮਾਲ ਕਰਦੇ ਹਾਂ ਤਾਂ ਸਾਡੇ ਜਾਨਵਰਾਂ ਦੀ ਫੈਟ, ਦੁੱਧ ਪਤਲਾ ਹੋਣਾ ਸ਼ੁਰੂ ਹੋ ਜਾਂਦਾ, ਦੁੱਧ ਦੀ ਫੈਟ ਜਾਣੀ ਸ਼ੁਰੂ ਹੋ ਜਾਂਦੀ ਹੈ, ਅਤੇ ਜਾਨਵਰ ਦਾ ਸਾਡਾ ਖਾਣ ਪੀਣ ਹੈਗਾ ਉਹ ਘਟਣਾ ਸ਼ੁਰੂ ਹੋ ਜਾਂਦਾ, ਉਹਦਾ ਇਨਟੇਕ ਘਟਣਾ ਸ਼ੁਰੂ ਹੋ ਜਾਂਦਾ। ਜਾਨਵਰ ਦੇ ਰਿਊਮਨ ਦੇ ਅੰਦਰ ਦਾ ਜਿਹੜਾ ਬੈਕਟੀਰੀਆ ਹੈ ਉਹ ਮਰਨਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ, ਅਤੇ ਆਖਿਰ ਕਰਕੇ ਉਹ ਡੈੱਡ ਹੋ ਜਾਂਦਾ, ਕਿਉਂਕਿ ਜਿਹੜੀ ਉਹ ਪਰਤ ਬਣਾਈ ਹੁੰਦੀ ਹੈ ਤੇਲ ਨੇ ਜਾਂ ਘਿਓ ਨੇ ਪੱਠੇ ਦੇ ਉੱਤੇ, ਉਹ ਪੱਠੇ ਨੂੰ ਉਹ ਡਾਇਜੈਸਟ ਨਹੀਂ ਕਰ ਸਕਦੇ, ਜਿਹਦੇ ਕਰਕੇ ਪੀਐਚ ਖਰਾਬ ਹੋ ਜਾਂਦਾ ਰਿਊਮਨ ਦਾ, ਅਤੇ ਜਾਨਵਰ ਦਾ ਦੁੱਧ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਂਦਾ। ਹੁਣ ਬਾਈਪਾਸ ਫੈਟ ਬਿਹਤਰ ਕਿਉਂ ਹੈ? ਬਾਈਪਾਸ ਫੈਟ ਨੂੰ ਬਾਈਪਾਸ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਰਿਊਮਨ 'ਚ ਡਾਇਜੈਸਟ ਨਹੀਂ ਹੁੰਦੀ। ਰਿਊਮਨ ਨੂੰ ਬਾਈਪਾਸ ਕਰਕੇ ਇਹ ਐਲਬੋਮਿਜ਼ਮ 'ਚ ਜਾਂਦੀ ਹੈ, ਉੱਥੇ ਜਾ ਕੇ ਟੁੱਟਦੀ ਹੈ ਅਤੇ ਡਾਇਜੈਸਟ ਹੁੰਦੀ ਹੈ। ਹੁਣ ਇਹ ਰਿਊਮਨ ਦੇ ਵਿੱਚ ਕਿਉਂ ਨਹੀਂ ਪਚਦੀ? ਦੇਖੋ, ਬਾਈਪਾਸ ਫੈਟ ਵੀ ਇੱਕ ਤੇਲ ਹੈ, ਪਰ ਇਸ ਤੇਲ ਨੂੰ ਕੈਲਸ਼ੀਅਮ ਆਕਸਾਈਡ ਦੇ ਵਿੱਚ ਮਿਕਸ ਕਰ ਦਿੱਤਾ ਜਾਂਦਾ, ਜਿਹਦੇ ਕਰਕੇ ਸੁੱਕਾ ਹੋ ਜਾਂਦਾ ਅਤੇ ਪਾਊਡਰ ਫਾਰਮ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ। ਬਾਈਪਾਸ ਫੈਟ ਪਾਊਡਰ ਹੀ ਆਉਂਦੀ ਹੈ। ਇੱਕ ਤਾਂ ਇਹਦੀ ਬਹੁਤ ਘੱਟ ਮਾਤਰਾ ਦਿੱਤੀ ਜਾਂਦੀ ਹੈ, ਦੂਜੀ ਗੱਲ ਇਹ ਹੈ ਕਿ ਜਿਹੜਾ ਰਿਊਮਨ ਦਾ ਪੀਐਚ ਹੁੰਦਾ ਨਾ ਉਹ 6.2 ਤੋਂ 6.5 ਤੱਕ ਹੁੰਦਾ, ਜਿਹਦੇ ਕਰਕੇ ਜਿਹੜਾ ਕੈਲਸ਼ੀਅਮ ਆਕਸਾਈਡ ਹੈ ਨਾ, ਜਦੋਂ ਰਿਊਮਨ ਤੇਲ ਦੇ ਨਾਲ ਰਿਊਮਨ ਦੇ ਵਿੱਚ ਜਾਂਦਾ ਬਾਈਪਾਸ ਫੈਟ, ਅਤੇ ਕੈਲਸ਼ੀਅਮ ਆਕਸਾਈਡ ਜਿਹੜਾ ਹੁੰਦਾ ਉਹ ਤੇਲ ਨੂੰ ਛੱਡਦਾ ਨਹੀਂ ਹੈਗਾ, ਉੱਥੇ ਟੁੱਟਦੀ ਨਹੀਂ ਹੈਗੀ, ਉਹਨੂੰ ਬਾਈਪਾਸ ਕਰਕੇ ਜਦੋਂ ਇਹ ਐਲਬੋਮਿਜ਼ਮ 'ਚ ਜਾਂਦੀ ਹੈ ਉੱਥੇ ਪੀਐਚ ਜਿਹੜਾ ਹੁੰਦਾ ਉਹ 2 ਹੁੰਦਾ, ਅਤੇ ਜਿਹੜਾ ਕੈਲਸ਼ੀਅਮ ਆਕਸਾਈਡ ਹੈ ਅਤੇ ਜਿਹੜਾ ਤੇਲ ਹੈ ਨਾ ਉਹ ਦੋਨੇ ਵੱਖੋ ਵੱਖਰੇ ਹੋ ਜਾਂਦੇ ਨੇ, ਅਲੱਗ ਹੋ ਜਾਂਦੇ ਨੇ, ਉੱਥੇ ਜਾ ਕੇ ਤੁਹਾਡਾ ਤੇਲ ਜਿਹੜਾ ਹੈਗਾ ਉਹ ਟੁੱਟਦਾ। ਅਤੇ ਜਦੋਂ ਰਿਊਮਨ ਦਾ ਜਿਹੜਾ ਬੈਕਟੀਰੀਆ ਉਹ ਪੱਠਾ ਡਾਇਜੈਸਟ ਕਰਦਾ, ਅਤੇ ਜਿਹੜਾ ਐਲਬੋਮਿਜ਼ਮ ਹੈ ਉੱਥੇ ਤੇਲ ਦੀ ਜਿਹੜੀ ਹੈਗੀ ਹੈ ਉਹ ਐਬਜ਼ੋਰਪਸ਼ਨ ਹੁੰਦੀ ਹੈ, ਅਤੇ ਸਾਡੇ ਜਾਨਵਰ ਨੂੰ ਇੱਕ ਤਾਂ ਉਹਦਾ ਰਿਊਮਨ ਹੈਲਦੀ ਰਹਿੰਦਾ, ਬੈਕਟੀਰੀਆ ਸਾਰੇ ਉੱਦਾਂ ਹੀ ਹੈਲਦੀ ਰਹਿੰਦੇ ਆ, ਅਤੇ ਜਿਹੜੇ ਤੇਲ ਦੇ ਸਾਨੂੰ ਅਸਰ ਮਿਲਦੇ ਸੀ
ਉਹ ਵੀ ਸਾਨੂੰ 100% ਅਸਰ ਮਿਲਦੇ ਆ। ਸਾਡੇ ਜਾਨਵਰਾਂ ਦੀ ਸਿਹਤ ਬਿਹਤਰ ਹੁੰਦੀ ਹੈ, ਸਾਡੇ ਜਾਨਵਰਾਂ ਦਾ ਦੁੱਧ ਵੱਧਦਾ, ਸਾਡੇ ਜਾਨਵਰਾਂ ਦੀ ਐਨਰਜੀ ਪੂਰੀ ਹੁੰਦੀ ਹੈ, ਅਤੇ ਦੁੱਧ ਦੀ ਫੈਟ ਜਿਹੜਾ ਹੈਗਾ ਉਹਦੇ ਵਿੱਚ ਤੁਹਾਨੂੰ ਇਜ਼ਾਫਾ ਦੇਖਣ ਨੂੰ ਮਿਲਦਾ। ਹੁਣ ਮੈਂ ਤੁਹਾਨੂੰ ਦੱਸ ਦਿੱਤਾ ਕਿ ਦੋਵਾਂ ਦੇ ਇਹਦੇ ਵਿੱਚ ਕੀ ਫਰਕ ਹੈ ਅਤੇ ਕੀ ਦੇਣਾ ਚਾਹੀਦਾ, ਇਹ ਤੁਸੀਂ ਆਪ ਤੈਅ ਕਰ ਲਿਓ। ਸਭ ਤੋਂ ਬੈਸਟ ਚੀਜ਼ ਹੁੰਦੀ ਹੈ ਕਿ ਜਿਹੜਾ ਤੇਲੀ ਚੀਜ਼ਾਂ ਹੁੰਦੀਆਂ ਨੇ ਆਪਾਂ ਫੈਟ ਦਿੰਦੇ ਹਾਂ, ਇਹ ਜਿਹੜਾ ਹੁੰਦਾ ਇਹ ਉਹਦੇ ਵਿੱਚ ਜਦੋਂ ਤੱਕ ਇਹ ਰਿਊਮਨ ਦੇ ਵਿੱਚ ਰਹੇਗਾ ਅਤੇ ਰਿਊਮਨ ਦੇ ਵਿੱਚ ਟੁੱਟੇਗਾ, ਇਹ ਜਾਨਵਰਾਂ ਦੀ ਹੌਲੀ ਹੌਲੀ ਭੁੱਖ ਨੂੰ ਮਾਰ ਦਿੰਦਾ, ਦੁੱਧ ਪਤਲਾ ਕਰ ਦਿੰਦਾ ਅਤੇ ਫੈਟ ਨੂੰ ਘਟਾ ਦਿੰਦਾ। ਇਹੀ ਤੇਲ ਇਹੀ ਘਿਓ ਜੇ ਐਲਬੋਮਿਜ਼ਮ 'ਚ ਜਾ ਕੇ ਟੁੱਟੇ ਤਾਂ ਇਹਦੇ ਦੁੱਗਣੇ ਫਾਇਦੇ ਦੇਖਣ ਨੂੰ ਮਿਲਦੇ ਨੇ। ਹੁਣ ਬੜੇ ਸਾਰੇ ਕਮੈਂਟ ਆਉਂਦੇ ਸੀ ਇਸੇ ਗੱਲ ਦੇ ਉੱਤੇ ਕਿ ਦੋਵਾਂ ਦੇ ਵਿੱਚੋਂ ਬਿਹਤਰ ਕੌਣ ਹੈ। ਮੈਂ ਤੁਹਾਨੂੰ ਸਾਰੀ ਕਹਾਣੀ ਸਾਫ਼ ਅਤੇ ਸਿੱਧੀ ਤਰ੍ਹਾਂ ਦੱਸ ਦਿੱਤੀ ਹੈ ਕਿ ਇੱਦਾਂ ਹੁੰਦਾ ਹੈ। ਹੁਣ ਤੁਸੀਂ ਆਪ ਤੈਅ ਕਰ ਲਿਓ ਕਿ ਤੁਸੀਂ ਆਪਣੇ ਜਾਨਵਰਾਂ ਨੂੰ ਕੀ ਪਾਉਣਾ। ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਅਤੇ ਆਪਾਂ ਮਿਲਾਂਗੇ ਕੱਲ੍ਹ ਨੂੰ ਇੱਕ ਬਹੁਤ ਹੀ ਬਿਹਤਰ ਜਾਣਕਾਰੀ ਦੇ ਨਾਲ। ਤਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਬਾਏ ਬਾਏ।